Hello everyone, welcome back to our channel. I am a teacher of Akal Academy Sangha and today I am going to discuss about noun. ਠੀਕ ਹੈ ਜੀ, ਅੱਜ ਆਪਾਂ ਨਾਮ ਬਾਰੇ ਗੱਲ ਕਰਨ ਜਾ ਰਹੇ ਹਾਂ। ਇਸ ਨੂੰ ਇੰਗਲਿਸ਼ ਦੇ ਵਿੱਚ ਨਾਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੋ ਨਾਮ ਦੀ ਪਰਿਭਾਸ਼ਾ ਦੱਸੋ ਅਤੇ ਇਸ ਦੀਆਂ ਕਿਸਮਾਂ ਬਾਰੇ ਉਦਾਹਰਣ ਸਹਿਤ ਲਿਖੋ। ਸੋ ਸਭ ਤੋਂ ਪਹਿਲਾਂ ਆਪਾਂ ਨਾਮ ਦੀ ਪਰਿਭਾਸ਼ਾ ਪੜ੍ਹਦੇ ਹਾਂ। ਕੀ ਹੈ ਨਾਮ? ਹਾਂਜੀ, ਨਾਮ ਕਿਸੇ ਥਾਂ, ਵਸਤੂ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਮ ਕਹਿੰਦੇ ਹਨ। ਜਿਵੇਂ ਉਦਾਹਰਣ ਸਹਿਤ ਭਾਰਤ, ਮੋਰ, ਲੁਧਿਆਣਾ, ਪਾਣੀ ਆਦਿ। ਠੀਕ ਹੈ, ਇਸ ਵਿੱਚ ਕਿਸੇ ਥਾਂ ਦਾ ਨਾਮ ਹੈ, ਜਿਵੇਂ ਕਿਸੇ ਦੇਸ਼ ਦਾ ਨਾਮ ਹੈ, ਆਪਣੇ ਦੇਸ਼ ਦਾ ਨਾਮ ਹੈ ਭਾਰਤ। ਠੀਕ ਹੈ, ਤਾਂ ਇਹ ਦੇਸ਼ ਦਾ ਨਾਮ ਆ ਗਿਆ। ਮੋਰ ਇੱਕ ਪੰਛੀ ਦਾ ਨਾਮ ਹੈ। ਠੀਕ ਹੈ, ਲੁਧਿਆਣਾ ਇੱਕ ਸ਼ਹਿਰ ਦਾ ਨਾਮ ਹੈ ਅਤੇ ਪਾਣੀ ਕਿਤੇ ਕਿਸੇ ਵਸਤੂ ਦਾ ਨਾਮ ਹੈ। ਸੋ ਇਹ ਸਾਰੇ ਕੀ ਹਨ? ਨਾਮ। ਹੁਣ ਆਪਾਂ ਇਹਨਾਂ ਦੀਆਂ ਕਿਸਮਾਂ ਬਾਰੇ ਪੜ੍ਹਨ ਜਾ ਰਹੇ ਹਾਂਜੀ। ਨਾਮ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ। ਆਮ ਨਾਮ, ਖਾਸ ਨਾਮ, ਇਕੱਠਵਾਚਕ ਨਾਮ, ਵਸਤੂਵਾਚਕ ਨਾਮ ਅਤੇ ਭਾਵਵਾਚਕ ਨਾਮ। ਹੁਣ ਆਪਾਂ ਇਹਨਾਂ ਕਿਸਮਾਂ ਬਾਰੇ ਉਦਾਹਰਣ ਸਹਿਤ ਪੜ੍ਹਾਂਗੇ। ਸਭ ਤੋਂ ਪਹਿਲਾਂ ਹੈ ਆਮ ਜਾਂ ਜਾਤੀ ਨਾਮ। ਇਹਨੂੰ ਇੰਗਲਿਸ਼ ਦੇ ਵਿੱਚ ਕਾਮਨ ਨਾਉਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੱਕ ਕਿਸਮ ਦੀਆਂ ਗਿਣਨਯੋਗ ਚੀਜ਼ਾਂ ਦੇ ਸਾਂਝੇ ਨਾਮ ਨੂੰ ਆਮ ਜਾਂ ਜਾਤੀ ਨਾਮ ਆਖਿਆ ਜਾਂਦਾ ਹੈ। ਜਿਵੇਂ ਉਦਾਹਰਣ ਸਹਿਤ ਘੋੜਾ, ਬਾਜ, ਮੇਜ਼, ਕੁਰਸੀ, ਦਰਿਆ, ਪਹਾੜ, ਗੁਰਦੁਆਰੇ, ਸ਼ਹਿਰ, ਪਿੰਡ, ਮੁੰਡਾ, ਕੁੜੀ, ਲੱਕੜੀ, ਰਿੱਛ ਆਦਿ। ਇਹ ਸਾਰੇ ਕੀ ਹਨ? ਆਮ ਜਾਂ ਜਾਤੀ ਨਾਮ। ਠੀਕ ਹੈ, ਸੋ ਜਿਵੇਂ ਆਪਾਂ ਆਸਮਾਨ ਦੇ ਵਿੱਚ ਦੇਖ ਸਕਦੇ ਹਾਂ ਨਾ ਕਿੰਨੇ ਬਾਜ ਉੱਡ ਰਹੇ ਹਨ, ਇਹ ਗਿਣਨਯੋਗ ਚੀਜ਼ਾਂ ਨੇ। ਜਿਵੇਂ ਘਰ ਵਿੱਚ ਕਿੰਨੇ ਮੇਜ਼ ਪਏ ਹਨ, ਕਿੰਨੀਆਂ ਕੁਰਸੀਆਂ ਪਈਆਂ ਹਨ, ਇਹ ਸਾਰੀਆਂ ਕੀ ਨੇ? ਗਿਣਨਯੋਗ ਚੀਜ਼ਾਂ। ਠੀਕ ਹੈ, ਸੋ ਇਹਨਾਂ ਨੂੰ ਕੀ ਕਹਿੰਦੇ ਨੇ? ਆਮ ਜਾਂ ਜਾਤੀ ਨਾਮ। ਹਾਂਜੀ, ਖਾਸ ਨਾਮ, ਇਹਨੂੰ ਇੰਗਲਿਸ਼ ਦੇ ਵਿੱਚ ਪ੍ਰੋਪਰ ਨਾਉਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਿਸੇ ਖਾਸ ਮਨੁੱਖ, ਵਸਤੂ ਜਾਂ ਥਾਂ ਨੂੰ ਦਰਸਾਉਣ ਵਾਲੇ ਨਾਮ ਨੂੰ ਖਾਸ ਨਾਮ ਆਖਿਆ ਜਾਂਦਾ ਹੈ। ਜਿਵੇਂ ਦਿੱਲੀ, ਬਰਾਕ ਓਬਾਮਾ ਅਤੇ ਪੰਜਾਬ ਆਦਿ ਖਾਸ ਨਾਮ ਹਨ। ਠੀਕ ਹੈ, ਇਹ ਕੀ ਨੇ? ਪ੍ਰੋਪਰ ਨਾਉਨ ਸਾਰੇ। ਓਕੇ, ਜਿਵੇਂ ਬਰਾਕ ਓਬਾਮਾ ਕਿਸੇ ਖਾਸ ਪਰਸਨ ਦਾ ਨਾਮ ਹੈ ਨਾ, ਤਾਂ ਇਹ ਕੀ ਹੈ? ਖਾਸ ਨਾਮ। ਓਕੇ, ਹਾਂਜੀ, ਨੈਕਸਟ ਹੈ ਇਕੱਠਵਾਚਕ ਨਾਮ। ਕਿਸੇ ਇਕੱਠ ਲਈ ਵਰਤੇ ਨਾਮ ਨੂੰ ਇਕੱਠਵਾਚਕ ਨਾਮ ਆਖਿਆ ਜਾਂਦਾ ਹੈ। ਜਿਵੇਂ ਫੌਜ, ਸੰਗਤ, ਇੱਜੜ, ਜਮਾਤ, ਕੰਪਨੀ, ਸਭਾ, ਸੁਸਾਇਟੀ ਆਦਿ। ਜਿਵੇਂ ਨੀਚੇ ਪਿਕਚਰ ਦੇ ਵਿੱਚ ਦੇਖੋ, ਬਹੁਤ ਸਾਰੇ ਪੰਛੀ ਇਕੱਠ ਵਿੱਚ ਬੈਠੇ ਹੋਏ ਨੇ, ਇਹ ਕੀ ਹੈ? ਇਕੱਠਵਾਚਕ ਨਾਮ। ਫੌਜ ਵੀ ਇਕੱਠ ਵਿੱਚ ਹੁੰਦੀ ਹੈ, ਸੰਗਤ ਵੀ ਇਕੱਠ ਵਿੱਚ ਹੁੰਦੀ ਹੈ। ਠੀਕ ਹੈ, ਇਹ ਸਾਰੇ ਕੀ ਨੇ? ਇਕੱਠਵਾਚਕ ਨਾਮ। ਉਸ ਤੋਂ ਬਾਅਦ ਹੈ ਜੀ ਵਸਤੂਵਾਚਕ ਨਾਮ। ਮਿਣੀਆਂ ਜਾਂ ਤੋਲੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵਸਤੂਵਾਚਕ ਨਾਮ ਆਖਿਆ ਜਾਂਦਾ ਹੈ। ਜਿਵੇਂ ਦੁੱਧ, ਦੁੱਧ ਨੂੰ ਆਪਾਂ ਮੈਜ਼ਰ ਕਰ ਸਕਦੇ ਹਾਂ ਨਾ, ਘਿਓ, ਘਿਓ ਨੂੰ ਮੈਜ਼ਰ ਕਰ ਸਕਦੇ ਹਾਂ, ਮੱਖਣ, ਆਟਾ, ਦਾਲ, ਸੋਨਾ, ਚਾਂਦੀ, ਪਾਣੀ, ਰੇਤ ਆਦਿ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਣ ਸਕਦੇ ਹਾਂ ਜਾਂ ਤੋਲ ਸਕਦੇ ਹਾਂ, ਤਾਂ ਇਹ ਸਾਰੇ ਕੀ ਨੇ? ਵਸਤੂਵਾਚਕ ਨਾਮ। ਜਿਹੜੀਆਂ ਚੀਜ਼ਾਂ ਮਿਣੀਆਂ ਜਾਂ ਤੋਲੀਆਂ ਜਾ ਸਕਣ, ਉਹਨਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਹੈ ਜੀ ਭਾਵਵਾਚਕ ਨਾਮ। ਜਿਹੜੀਆਂ ਚੀਜ਼ਾਂ ਵੇਖੀਆਂ ਜਾਂ ਛੋਈਆਂ ਨਾ ਜਾ ਸਕਣ, ਜਿਨ੍ਹਾਂ ਨੂੰ ਆਪਾਂ ਵੇਖ ਨਹੀਂ ਸਕਦੇ ਜਾਂ ਆਪਾਂ ਨੂੰ ਜਿਨ੍ਹਾਂ ਨੂੰ ਟੱਚ ਨਾ ਕਰ ਸਕਦੇ ਹੋਈਏ, ਪਰ ਉਹਨਾਂ ਨੂੰ ਆਪਾਂ ਮਹਿਸੂਸ ਕਰ ਸਕੀਏ, ਜਿਵੇਂ ਮਹਿਸੂਸ ਕੀਤੀਆਂ ਜਾਣ, ਉਹਨਾਂ ਦੇ ਨਾਮ ਨੂੰ ਭਾਵਵਾਚਕ ਨਾਮ ਆਖਿਆ ਜਾਂਦਾ ਹੈ। ਜਿਵੇਂ ਝੂਠ, ਝੂਠ ਨੂੰ ਆਪਾਂ ਵੇਖਿਆ ਜਾਂ ਟੱਚ ਨਹੀਂ ਨਾ ਕਰ ਸਕਦੇ, ਇਸ ਨੂੰ ਆਪਾਂ ਸਿਰਫ ਫੀਲ ਕਰ ਸਕਦੇ ਹਾਂ। ਠੀਕ ਹੈ, ਸੱਚ, ਹਵਾ, ਗਮੀ, ਖੁਸ਼ੀ, ਮਿਠਾਸ, ਕੁੜੱਤਣ, ਸੁਗੰਧ ਆਦਿ। ਠੀਕ ਹੈ, ਸੁਗੰਧ ਨੂੰ ਆਪਾਂ ਟੱਚ ਨਹੀਂ ਨਾ ਕਰ ਸਕਦੇ, ਨਾ ਵੇਖ ਸਕਦੇ ਹਾਂ, ਸਿਰਫ ਆਪਾਂ ਇਹਨੂੰ ਫੀਲ ਕਰ ਸਕਦੇ ਹਾਂ। ਠੀਕ ਹੈ, ਜਿਵੇਂ ਹੱਸਣਾ, ਰੋਣਾ, ਠੀਕ ਹੈ, ਇਹ ਆਪਾਂ ਕੀ ਫੀਲ ਕਰ ਸਕਦੇ ਹਾਂ, ਤਾਂ ਇਹ ਕੀ ਨੇ? ਭਾਵਵਾਚਕ ਨਾਮ। ਹਾਂਜੀ, ਤਾਂ ਇਹ ਕੀ ਸੀ? ਆਪਣੀ ਲਾਸਟ ਕਿਸਮ ਨਾਮ ਦੀ, ਭਾਵਵਾਚਕ ਨਾਮ। ਓਕੇ, ਪਲੀਜ਼ ਸਬਸਕ੍ਰਾਈਬ ਅਵਰ ਚੈਨਲ। ਥੈਂਕ ਯੂ।